माया कारण था वही मूर्ख रोग अज्ञान कौन
ਸਾਥੀਓ ਮੇਰੇ ਸਿੱਖਣੋ ਬਗਭਾਈਓ ਮੇਰੇ ਹਰਪਾਣਾ ਆਓ ਮੈਂ ਬਾਜੀਓ ਹਰਪਾਣਾ ਗੁਰਪਾਇਆ ਮੇਰਾ ਹਰਪ੍ਰਭ ਕਰੇ ਸਵਾਜੀਓ ਭਗਤ ਸਤ ਪ੍ਰਗਸੋਈ ਜਿਸਤ ਪਾਣਾ ਪਾਵੇ ਅਨੰਦ ਹਨ ਹਦ ਵਜੈ ਵਾਜੇ ਹਰ ਆਪ ਫਲ ਮਿਲਾਵੇ ਤੁਸੀਂ ਬੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਭਗ ਜਾਜੀਓ ਲਿਖਿਆ ਪ੍ਰਵਾਣਾ ਫਿਰ ਰਾਣੀ ਗੁਰਜਾਏ ਹਰ ਪਾ ਜੀਓ ਸਤਿਗੁਰ ਪਾਣ ਆਪਣੇ ਮੈਂ ਪਰਿਵਾਰ ਸਦਾਇਆ ਜਦ ਮੈਂ ਪਿੱਛੇ ਕੋਈ ਰੂਪ ਸੀ ਸੋ ਮੈਂ ਮੂਲ ਨਾ ਪਾਇਆ ਜਿਸ ਮੈਂ ਜੈ ਜਿਸ ਬਿਸੈ ਜਿਸ ਵਿੱਚ ਕੀ ਪੈਜ ਭਾਵੇ ਤੁਸੀਂ ਵਿਚਾਰ ਦੇ ਹੋ ਬੁੱਧ ਭਾਈ ਜਾਂ ਸਤਿਗੁਰੂ ਪਹਿਰਾਵੇ ਸਤਿਗੁਰੂ ਪ੍ਰਤੱਖ ਹੁੰਦਾ ਮਹਿਰਾਜ ਆਪ ਟਿਕਾਇਆ ਸਭ ਸਿੰਘ ਬੰਧਪ ਬੁੱਧ ਭਾਈ ਰਾਮਦਾਸ ਪੈਰੀ ਪਾਇਆ ਅੰਤੇ ਸਤਿਗੁਰ ਬੋਲਿਆ ਫਿਰ ਨਹੀਂ ਕੋ ਹਮ ਵੀ ਚੱਲਣਾ ਸਮਾਰ ਸਵੇਰਾ
जल की उपास
ਨਾਗ
ਕੋਈ ਥਿਰ ਰਿਹਾ ਜਿਸ ਆਸਣ ਹਮ ਬੈਠੇ ਕਿਤੇ ਬੈਸ ਗਿਆ ਗਿਆ। ਮਹਾਰਾਜ ਜੀ ਕਹਿੰਦੇ ਮੈਂ ਸੰਸਾਰ ਦੇ ਵਿੱਚ ਬੜਾ ਵੇਖਿਆ ਬੜਾ ਖੋਜਿਆ ਵੀ ਕੋਈ ਤੇ ਸਦਾ ਫਿਰ ਰਹਿਣ ਵਾਲਾ ਹੈ। ਮਹਾਰਾਜ ਕਹਿੰਦੇ ਰਿਜ਼ਲਟ ਇਹੀ ਆਇਆ ਰਾਮ ਗਇਓ ਰਾਵਣ ਗਇਓ ਜਾਗੁਰ ਬਹੁ ਪਰਿਵਾਰ ਕਹੁ ਨਾਨਕ ਥਿਰ ਕਛੁ ਨਹੀਂ ਸੁਪਨੇ ਜਿਉ ਸੰਸਾਰ। ਜਿਸ ਆਸਣ ਜਿਸ ਆਸਣ ਹਮ ਬੈਠੇ ਕਿਤੇ ਬੈਸ ਗਿਆ ਕਦੇ ਕਿੰਨੇ ਇਹਨਾਂ ਘਰਾਂ ਵਿੱਚ ਵਸ ਕੇ ਚਲੇ ਗਏ। ਇਸੇ ਵਾਸਤੇ ਮਹਾਰਾਜ ਪ੍ਰਮਾਣ ਕਰਦੇ ਨੇ ਕਿ ਭਾਈ ਉਸ ਮਹੀ ਵਰਤਣਾ ਹੈ। ਇਸੇ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਸਾਨੂੰ ਪੈਰ ਪੈਰ ਤੇ ਸਮਝਾਉਂਦੀ ਹੈ ਕਿ ਇਹ ਬੰਦੇ ਸੰਸਾਰ ਦੇ ਵਿੱਚ ਤੂੰ ਬਹੁਤ ਵਸਦਾ ਧਨ ਸੰਪਤੀ ਦਾ ਮਹਾਰਾਜ ਕਹਿੰਦੇ ਉਹ ਭਰਿਆ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਤੇਰਾ ਇਹ ਸਰੀਰ ਹੈ ਆਪਾਂ ਦੇਖਦੇ ਹਾਂ ਘਰਾਂ ਦੇ ਵਿੱਚ ਬਲਬ ਜਗਦੇ ਆ ਜਦੋਂ ਕੋਈ ਨਹੀਂ ਹੁੰਦਾ ਤਾਂ ਖੋਲਣ ਦਾ ਟਾਈਮ ਲੱਗਦਾ ਇੱਕ ਸਕਿੰਟ ਲੱਗਦਾ। ਮਹਾਰਾਜ ਕਹਿੰਦੇ ਸਰੀਰ ਵੀ ਇੱਕ ਬਲਬ ਦੀ ਸਵਾਸਾਂ ਨੂੰ ਵੀ ਤਾਰ ਟੁੱਟ ਗਈ ਜਿੱਦਾਂ ਬਲਬ ਫੇਜ ਹੁੰਦਾ ਹੈ ਫਿਰ ਫੇਜ ਹੋ ਜਾਂਦਾ। ਇਸੇ ਵਾਸਤੇ ਮਹਾਰਾਜ ਕਹਿੰਦੇ ਭਾਈ ਸਮਰੱਥ ਸਵਾਮੀ ਹੋ ਗਏ ਮਨੋ ਸਾਰੇ
ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ
जुगो जुग अटल करम का जयकार गुरु जी। आप अकाल पुरख वाहे गुरु, हे अकाल पुरख अपने पंथ दे सदा सहाय अकाल जी श्री दरबार साहिब की। ਹੋਰ ਗੁਰਦੁਆਰਿਆਂ ਨੂੰ ਧਾਵਾਂ ਜਿਹਨਾਂ ਤੋਂ ਖਾਲਸਾ ਪੰਥ ਨੂੰ ਵੀ ਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀ ਨਾਲੇ ਸੇਵਾ ਸੰਭਾਲ ਦਾ ਆਪਣੇ ਪਿਆਰੇ ਖਾਲਸਾ ਜੀ ਨੂੰ ਦੱਸੋ। ਇਹ ਨਿਮਾੜੀਆਂ ਦੇ ਮਾਰ ਨਿਤਾੜੀਆਂ ਦੇ ਤਾਰ ਨੇ ਉੱਟੀਆਂ ਦੀ ਉਸ਼ਿਤ ਪਿਤਾ ਮੇਰੀ ਪੀੜੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਆਪ ਜੀ ਦੇ ਚਰਨ ਛੋ ਪਵਿੱਤਰ ਸਥਾਨਾਂ 'ਤੇ ਸਦੇ ਉੱਠੀ ਜਾਏ ਦੇ ਮਹਾਂਵਾਕੁ ਸਾਹਿਬ, ਆਪ ਜੀ ਦੇ ਘਰ ਘਰ ਦੇ ਪ੍ਰੀਤਵਾਨ ਸਦਾ ਹਰ ਭਜਨ ਸੰਦੀ ਫਰਮਾਨ, ਜਿਤਨੇ ਸਵਾਸ ਆਪ ਜੀ ਨੇ ਬਖਸ਼ਿਸ਼ ਕੀਤੇ ਸਨ ਉਤਨੇ ਸਵਾਸਾਂ ਨੂੰ ਭੁਗਦਿਆਂ ਹੋਇਆਂ ਆਪਣੇ ਪਰਿਵਾਰ ਨੂੰ ਸਾਖ ਸੰਬੰਧੀਆਂ ਨੂੰ ਇਸ ਸੰਸਾਰ ਨੂੰ ਸਦੀਵੀ ਪਾਲੇ ਵੀ ਛੋੜਾ ਦਿੰਦਿਆਂ ਹੋਇਆਂ ਆਪ ਜੀ ਦੇ ਚਰਨਾਂ ਵਿੱਚ ਆਪ ਰਾਜੇ ਸਨ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਪਰਿਵਾਰ ਵੱਲੋਂ ਕਈ ਰੋਜ਼ਾਂ ਤੋਂ ਧੁਰਗੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ ਦੇ ਮਹਾਂਵਾਕੁ ਅਨੁਸਾਰ ਸ੍ਰੀ ਸਾਹਿਬ ਕਰਮ ਕਰਵਾਏ ਸਨ। ਅੱਜ ਸੰਪੂਰਨ ਜਾਪ ਹੋਏ ਉਪਰੰਤ ਇਲਾਹੀ ਬਾਣੀ ਦੇ ਕੀਰਤਨ ਦੀ ਸੇਵਾ ਲਈ ਪਰਿਵਾਰ ਨੇ ਮਾਲਕ ਜੀ ਬੇਅੰਤ ਬੇਅੰਤ ਆਦੀਆਂ ਭੁੱਲਾਂ ਹੋਈਆਂ ਬਖਸ਼ ਲੈਣਾ ਸੁਮਤ ਬਖਸ਼ਿਸ਼ ਕਰਨੀ ਪੜੇ ਗਏ ਬਾਣੀ ਦਾ ਭਾਵ ਵਿਛੜੀ ਆਤਮਾ ਨੂੰ ਬਖਸ਼ਿਸ਼ ਕਰਨਾ ਤੇ ਪਰਿਵਾਰ ਦੇ ਹਿਰਦਿਆਂ ਵਿੱਚ ਵਸਾਉਣਾ, ਸਭਨਾ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ, ਕਦਮ ਕਦਮ ਦੇਖੇ ਲਾਉਣੇ। ਮਾਲਕ ਜੀ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟਾ ਕੀਤੇ ਹਨ, ਅੰਗੀਕਾਰ ਕਰਨੀ। ਆਪ ਜੀ ਦੇ ਚਰਨਾਂ ਵਿੱਚ ਬੇਨਤੀ, ਸਮੂਹ ਪਰਿਵਾਰ ਦੇ ਸੰਗਤਾਂ ਵੱਲੋਂ ਆਪ ਜੀ ਦਾ ਮਹਾਂਵਾਕ ਕਹੋ ਕਬੀਰ ਸੁਣੋ ਰੇ ਸੰਤੋ, ਫਿਰ ਹੀ ਕਰੋ ਨਵੇਰਾ ਅਬ ਕੀ ਬਾਰ ਬਖਸ਼ ਮਜ਼ੇ ਕੋ ਬਹੁਰ ਨਾਮ ਭਵਜਨ ਫੇਰਾ ਤੇ ਮਹਾਂਵਾਕ ਅਨੁਸਾਰ ਆਪ ਕਿਰਪਾ ਕਰਨੀ ਸਦਾ ਹਰਭਜਨ ਸਿੰਘ ਦੇ ਸਦੀਵੀ ਪਾਲ ਲਈ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ, ਸੰਸਾਰ ਦੇ ਆਵਾ ਗਾਉਂਦੇ ਚੱਕਰਾਂ ਤੋਂ ਬਚਾ ਕੇ ਰੱਖਣਾ, ਵਿਛੜੀ ਆਤਮਾ ਦੇ ਕੋਲੋਂ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਬੇਅੰਤ ਪਿਤਾ ਦੀਆਂ ਭੁੱਲਾਂ ਹੋਈਆਂ ਹੋਣਗੀਆਂ, ਅਨਜਾਨ ਬੱਚਾ ਸਮਝ ਕੇ ਮਾਫ ਕਰਨਾ। ਸਤਿਗੁਰੂ ਤੇਰਾ ਤੇਰਾ ਮੀਠਾ ਲਾਗੈ ਅਰਾਮ ਪਦਾਰਥ ਨਾਨਕ ਮਾਂਗਰ ਦੇ ਮਹਾਂਵਾਕ ਅਨੁਸਾਰ ਆਪ ਕਿਰਪਾ ਕਰਨੀ ਉਹਨਾਂ ਦੇ ਪਰਿਵਾਰ ਦੇ ਬੱਚਿਆਂ ਤੇ, ਸਭਨਾਂ ਨੂੰ ਸਹਿਤ ਭਾਰਾ ਮੰਨਣ ਦਾ ਬਲ ਦੇ ਉਦਮ ਬਖਸ਼ਣਾ, ਪਰਿਵਾਰ ਨੂੰ ਦੇ ਅਰੋਗਤਾ ਬਖਸ਼ਣੀ, ਘਰ ਵਿੱਚ ਸੁਖ ਸ਼ਾਂਤੀ ਵਰਤਾਉਣੀ, ਦੇਸ਼ ਵਿਦੇਸ਼ ਰੱਖਿਆ ਕਰਨੀ, ਅੰਗ ਸੰਗ ਹੋਏ ਕੇ ਸਹਾਇਤਾ ਕਰਨੀ ਤੇ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ। ਪਰਿਵਾਰ ਵੱਲੋਂ ਵਿਛੜੀ ਆਤਮਾ ਦੀ ਆਤਮਿਕ ਸ਼ਾਂਤੀ ਲਈ ਬੇਨਤੀ ਕਰਦੇ ਹੋਏ ਗੁਰਦੁਆਰਾ ਛੇਵੀਂ ਪਾਤਸ਼ਾਹ ਲਈ 5500 ਦਮੜੇ, ਗੁਰਦੁਆਰਾ ਸ੍ਰੀ ਬਾਬਾ ਅਮੀ ਸਿੰਘ ਜੀ ਪਾਤਸ਼ਾਹ ਲਈ 2100 ਦਮੜੇ, ਗੁਰਦੁਆਰਾ ਸ੍ਰੀ ਤਰਨ ਬਿੰਦ ਪਾਤਸ਼ਾਹ ਲਈ 1100 ਦਮੜੇ, ਬਿਰਧ ਆਸ਼ਰਮ ਸਾਨੀ ਲਈ 5500 ਦਮੜੇ, ਅਖਬਾਰ ਨਵਾਂ ਜਵਾਨਾਂ ਲਈ 2100 ਦਮੜੇ, ਮੈਗਜ਼ੀਨ ਬਿਜਲੀ ਉਜਾਲਾ ਲਈ 2100 ਦਮੜੇ, PSEB ਇੰਪਲਾਈ ਫਾਊਂਡੇਸ਼ਨ ਲਈ 2100 ਦਮੜੇ, ਮਹਾਰਾਜਾ ਰਣਜੀਤ ਸਿੰਘ ਵੈਲਫੇਅਰ ਸੋਸਾਇਟੀ ਲਈ 2100 ਦਮੜੇ ਅਰਦਾਸ ਕਰਵਾਏ ਨੇ। ਸਤਿਗੁਰੂ ਜਿਨ੍ਹਾਂ ਖਜ਼ਾਨਿਆਂ ਵਿੱਚ ਮਾਇਆ ਖਰਚੀ ਗਈ ਸੋ ਖਜ਼ਾਨੇ ਭਰਪੂਰ ਕਰਨੇ, ਪਰਿਵਾਰਾਂ ਤੇ ਰਹਿਮਤ ਰੱਖਣੀ, ਪਰਿਵਾਰਾਂ ਨੂੰ ਦੇ ਅਰੋਗਤਾ ਤੇ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ। ਆਪ ਦੀ ਹਜ਼ੂਰੀ ਵਿਖੇ ਪਰਿਵਾਰ ਵੱਲੋਂ ਕੜਾ ਪ੍ਰਸ਼ਾਦ ਤੇ ਲੰਗਰ ਹਾਜ਼ਰ ਹੈ, ਦਰ ਪ੍ਰਵਾਨ ਹੋਈ ਪਰਵਾਨਿਆਂ ਪ੍ਰਸ਼ਾਦ ਤੇ ਲੰਗਰ ਸੰਗਤਾਂ ਵਿੱਚ ਵਰਤੇ, ਜੋ ਛਕੇ ਆਪ ਜੀ ਦਾ ਨਾਮ ਜਪੇ ਸਤਨਾਮ ਸ੍ਰੀ ਵਾਹਿਗੁਰੂ 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 ਜਪੇ, ਇਲਾਹੀ ਹੁਕਮ ਬਖਸ਼ਿਸ਼ ਕਰਕੇ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇ ਨਾਮ ਜਪਿਆ ਹੈ, ਨਾਨਕ ਨਾਮ ਛੱਡੀ ਕਲਾ ਤੇਰੇ ਭਾਈ ਸਵਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਜਾਗਲੇ ਹੋ ਰੇ ਮਨਾ ਜਾਗਲੇ ਹੋ ਜੋ ਤਨ ਉਪਜਿਆ ਸੰਗ ਹੀ ਸੋਭੇ ਸੰਗ ਨਾ ਹੋਇਆ ਸਤਨਾ ਵਾਹਿਗੁਰੂ ਸਾਹਿਬ ਜੀ ਸੋਰਠੇ ਮਹਲਾ ਪੰਜਵਾਂ ਹਮਰੇ ਗਰਦਨਾ ਗੜੀਆ ਗਾਈ ਆਪਣਾ ਬਿਰਦ ਪਛਾਣ ਬੰਦ ਪਾਇਆ ਮੇਰਾ ਸਤਿਗੁਰ ਪੂਰਾ ਦਿੱਤਾ ਜਿਨ੍ਹਾਂ ਨੇ ਬਿਜਲੀ ਬੋਰਡ ਦੇ ਅੰਦਰ ਸਰਵਿਸ ਕਰਦੇ ਹਾਂ ਜਿੱਥੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੇ ਲਈ ਲੜਾਈ ਲੜੀ ਆ ਔਰ ਉਹਨਾਂ ਨੂੰ ਬਹੁਤ ਬਿਹਤਰ ਜ਼ਿੰਦਗੀ ਜਿਉਣ ਦੇ ਲਈ ਉਪਰਾਲੇ ਕਰਕੇ ਉਹਦੇ ਵਿੱਚ ਕਾਮਯਾਬੀ ਹਾਸਲ ਕਰੀ ਆ ਉੱਥੇ ਪੂਰੀ ਮਜ਼ਦੂਰ ਜਮਾਤ ਦੇ ਲਈ ਉਹਨਾਂ ਨੇ ਸਾਰੀ ਆਪਣੀ ਜਿਹੜੀ ਜ਼ਿੰਦਗੀ ਆ ਭੁਲਾਈ ਆ ਔਰ ਉਹ ਜਿਹੜੀ ਗੱਲ ਦੇ ਹੱਠੀ ਸੀ ਜਿਹੜੀ ਗੱਲ ਉਹਨੇ ਦਲੀਲ 'ਚ ਜਿਹੜਾ ਦਮ ਸੀ ਜੋ ਉਹਦਾ ਸਪੀਚ ਦੇ ਵਿੱਚ ਦਮ ਸੀ ਜਿਨ੍ਹਾਂ ਨੇ ਉਹਨੂੰ ਸੁਣਿਆ ਜਿਨ੍ਹਾਂ ਨੇ ਉਹਨਾਂ ਨਾਲ ਕੰਮ ਕੀਤਾ ਤਾਂ ਮੈਂ ਮਹਿਸੂਸ ਕਰਦਾ ਕਿ ਉਹ ਤੋਂ ਭਿੱਜ ਨਹੀਂ ਹੋ ਸਕਦੇ ਕਿਉਂਕਿ ਉਹਨਾਂ ਦੇ ਦਲੀਲ 'ਚ ਇੰਨਾ ਦਮ ਸੀ ਕਿ ਕਿਸੇ ਵੀ ਅਫਸਰ ਨਾਲ ਕੋਈ ਗੱਲ ਕਰਨੀ ਆ ਤਾਂ ਬਾਅਦ ਵੀ ਉਹਨੂੰ ਹਰ ਹਾਲਤ ਦੇ ਵਿੱਚ ਲਾ ਕੇ ਛੱਡਦੇ ਸੀ ਜਿੱਥੇ ਪੰਜਾਬ ਦੇ ਪਹਿਲਾਂ ਕਿੱਠੀ ਇੰਡੀਪੈਂਡੈਂਟ ਟੀ ਆਰ ਜਨਰਲ ਸੈਕਟਰੀ ਬਣੇ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਦੇ ਵਿੱਚ ਪੀ ਐੱਸ ਸੀ ਦੀ ਇੰਪਲਾਈਜ਼ ਫੈਡਰੇਸ਼ਨ ਏਟ ਦੇ ਪੰਜਾਬ ਦੇ ਪ੍ਰਧਾਨ ਰਹੇ ਆਲ ਇੰਡੀਆ ਦੇ ਸੀਨੀਅਰ ਮੀਤ ਪ੍ਰਧਾਨ ਦੇ ਤੌਰ ਦਿੱਤੇ ਪੂਰੇ ਹਿੰਦੁਸਤਾਨ ਦੇ ਬਿਜਲੀ ਕਰਮਚਾਰੀਆਂ ਦੀ ਉਹਨਾਂ ਨੇ ਕੰਮ ਕੀਤਾ ਸੋ ਅੱਜ ਸਾਰਾ ਅਸੀਂ ਰਿਸ਼ਤੇਦਾਰ ਪਰਿਵਾਰ ਹੁਣ ਅੱਜ ਦੁੱਖ ਦੀ ਘੜੀ ਦੇ ਵਿੱਚ ਅੱਜ ਅੰਤ ਔਲਾਦ 'ਚ ਜੁੜ ਬੈਠੇ ਹਾਂ ਆਪਣੇ ਵੀਰ ਸਿੰਘ ਮਸੀਤਾ ਜਿਹੜੇ ਜਨਰਲ ਸੈਕਟਰੀ ਰਹੇ ਆ ਇੱਕ ਦੇ ਜਿਹੜੇ ਜਨਰਲ ਸੈਕਟਰੀ ਰਹੇ ਆ ਇੱਕ ਦੇ ਅੱਜ ਕੱਲ੍ਹ ਉਹ ਅਮਰੀਕਾ 'ਚ ਗਏ ਹੋਏ ਨੇ ਉਹਨਾਂ ਦੇ ਘੱਟੋ ਘੱਟ 10 ਪੈਲੀ ਕਮਾਏ ਆ ਔਰ ਉਹਨੇ ਕੱਲ੍ਹ ਵੀ ਵਟਸਐਪ ਦੇ ਉੱਤੇ ਮੈਨੂੰ ਮੈਸੇਜ ਪਾਇਆ ਸ਼ੋਰ ਸੰਦੇਸ਼ ਪਾਇਆ ਪਹਿਲਾਂ ਵੀ ਉਹਨਾਂ ਅੱਜ ਉਹਨਾਂ ਦਾ ਲੇਖ ਬਾਹਰ ਨੌਜਵਾਨ ਅਖਬਾਰ ਪਿਆ ਉਹਨਾਂ ਨੇ ਅਮਰੀਕਾ ਦੇ ਵਿੱਚੋਂ ਲਿਖ ਕੇ ਭੇਜਿਆ ਉਹਨਾਂ ਦੀ ਜੀਵਨੀ ਦੇ ਬਾਰੇ ਉਹਨਾਂ ਵਜੋਂ ਵੀ ਉਹਨਾਂ ਨੇ ਕਿਹਾ ਕਿ ਮੇਰਾ ਸ਼ੋਕ ਸੰਦੇਸ਼ ਭੇਜ ਦਿੱਤਾ ਦੱਸਿਆ ਜਾਵੇ ਸੋ ਮੈਂ ਸਭ ਤੋਂ ਪਹਿਲਾਂ ਸਤਿੰਦਰ ਜੀ ਜਿਹੜੇ ਟੈਲੀਫੋਨ ਦੇ ਸੈਕਟਰੀ ਰਹੇ ਆ ਉਹਨਾਂ ਨੂੰ ਬੇਨਤੀ ਕਰਦਾ ਉਹਨਾਂ ਨੇ ਜਿਹੜੇ ਫਰਕ ਪਾਏ ਆ ਕਿਉਂਕਿ ਜੋ ਪਹਿਲਾਂ ਦੱਸਿਆ ਕਿ ਜੇ ਬਿਜਲੀ ਕਰਮਚਾਰੀਆਂ ਦੇ ਸਮੁੱਚੇ ਮੁਲਾਜ਼ਮਾਂ ਦੇ ਸਮੁੱਚੀ ਮਜ਼ਦੂਰ ਜਮਾਤ ਦੇ ਆਗੂ ਸਨ ਉਹ ਸਭ ਤੋਂ ਪਹਿਲਾਂ ਆ ਕੇ ਸ਼ਰਧਾ 'ਚ ਫੁੱਲ ਭੇਟ ਕਰਨਗੇ ਸਤਿੰਦਰ ਸਾਹਿਬ ਦੀ ਜ਼ਮੀਨ 'ਚ ਬੈਠੇ ਹੋਏ ਮਾਤਾਵਾਂ ਭੈਣਾਂ ਅਤੇ ਸਾਥੀਓ ਅੱਜ ਅਸੀਂ ਕਾਮਰੇਡ ਐੱਚ ਐੱਸ ਪਰਮਾਰ ਜੀ ਨੂੰ ਸ਼ਰਧਾਂਜਲੀ ਦੇਣ ਦੇ ਇਕੱਠੇ ਹੋਏ ਹਾਂ ਕਾਮਰੇਡ ਪਰਮਾਰ ਹੋਣਾ ਦਾ ਟਰੇਡ ਯੂਨੀਅਨ ਫੀਲਡ ਦੇ ਵਿੱਚ ਅਤੇ ਬਿਜਲੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਦੇ ਵਿੱਚ ਸੰਘਰਸ਼ਾਂ ਦੇ ਵਿੱਚ ਇੱਕ ਬਹੁਤ ਵੱਡਾ ਰੋਲ ਹੈ ਅੱਜ ਇਸ ਗੱਲ ਦੇ ਮਾਣ ਨਾਲ ਕਿਹਾ ਜਾ ਸਕਦਾ ਕਿ ਅੱਜ ਜੋ ਇਕਨੋਮਿਕ ਸਟੇਟਸ ਅਤੇ ਸਟੈਂਡਰਡ ਆਫ ਲਿਵਿੰਗ ਅੱਜ ਬਿਜਲੀ ਮੁਲਾਜ਼ਮਾਂ ਦਾ ਹੈ ਤਾਂ ਉੱਥੇ ਕਾਮਰੇਡ ਗਿੱਲ ਅਤੇ ਕਾਮਰੇਡ ਪਦਮ ਸਾਨੂੰ ਸਟੇਟ ਯੂਨੀਅਨ ਦੀ ਸਿੱਖਿਆ ਦਿਆ ਕਰਦੇ ਹੁੰਦੇ ਸੀ ਮੈਂ ਲੁਧਿਆਣੇ ਦੇ ਵਿੱਚ ਉਸ ਵੇਲੇ ਟੈਲੀਫੋਨ ਆਪਰੇਟਰ ਸੀ ਔਰ ਉਸ ਵੇਲੇ 74 ਦੇ ਵਿੱਚ ਜੋ ਵੱਡੀ ਹੜਤਾਲ ਹੋਈ ਬਿਜਲੀ ਮੁਲਾਜ਼ਮਾਂ ਦੀ ਤਾਂ ਉਸ ਦੇ ਵਿੱਚ ਪਰਿਵਾਰ ਹੋਣਾ ਦੀ ਅਗਵਾਈ ਦੇ ਵਿੱਚ ਬਹੁਤ ਵੱਡਾ ਸੰਘਰਸ਼ ਸੀ
جس نو کہ اس ویلے کی سرکار نے قتل کی کوشش کی تھی. آج بھی کامل مسیطا کا جو سویرے میں آرٹیکل پڑھیا اس تو بعد میں سمجھ سکتا وا کہ اس سنگرشاں دے وچ جڑا پرمار صاحب دا مزدور جماعت نو آرگنائز کرن دا تے بجلی ملازمان نو آرگنائز کرن دا تے سمست جڑی مزدور جماعت نو اکٹھے کرن دے وچ بہت بڑا رول ہے. تو اسی اج انہاں نے اس گل تے شردانجلی دتے ہویاں. میں بہت سمجھا انہاں نو نہیں مل سکیا مگر نواں شہر دے وچ انہاں دی سپوتری نریندر کور دے کول جو ہوندے سی انہاں سپیل تو آئے تاں مینوں انہاں نو ملن دا موقع ملیا. بڑیاں گلاں انہاں دے نال سانجھیاں کیتیاں گیاں ٹریڈ یونین دے فیلڈ دے بارے وچ. تو اس لئی ساتھیو اور اج پرمار جی دا چلے جانا ایک بہت وڈی گھاٹ آ مگر انہاں دا دتا ہویا سندیشا انہاں دی دتی ہوئی کنٹریبیوشن اج وی سانو مزدور جماعت نو یاد کردے ہاں انہاں دے پیروکار بن کے اور انہاں دے کیتے ہوئے کماں نو پائے ہوئے بندیاں نو اگے توڑدے ہاں میں کی ساڈی وڈی شردانجلی ہوئے گی. واہگرو جی کا خالصہ واہگرو جی. پورے پنجاب دے وچوں جنہاں ساتھیاں نال کم کیتا کتے پہنچے ہیں پر جگہ پر کنیا نو ٹائم دنے ہیں سماں اجازت نہیں دیندا. کانڈ گرنام سنگھ جی گہرا جڑے پنجاب دے پردھان رہے ہیں, تارا سنگھ جی گہرا, دلواج سنگھ جی ڈوار جڑے ریگولر اج کل ساڈے لیڈر نے سرندر پال جی لاہوریا, گرپریت جی گنڈی منڈ تارن تارن تو, گرمیت سنگھ جی, حشمت علی جی بہت وڈی تعداد دے وچ لوک سانجھا کرن آئے ہیں. پر اسیں انہاں ساریاں نوں سماں نہیں دتا تے میں بینتی کرتا سدا نرنجڑ سنگھ جی اچا جڑے کپورتلے ضلعے دے کانگریس پارٹی آف انڈیا دے ضلعے دے سیکٹری نے, انہاں نوں بینتی کروں گا کہ وہ آن تے آ کے پرمار صاحب نوں شردا دے پھل بھیٹ کرن. اسیں لوک تک آیا کہ ساڈے نال بہت زیادہ پیار سی, پورا پریوار دا اوتھے ریلیشن سی. سو بینتی کرتے ہیں نرنجڑ سنگھ جی اچا ضلع سکتر سی پی آئی ضلع کپورتلہ. ساری سنگت گرو مہاراج کی ہربڑی میں بیٹھ کے کامریڈ بھجن سنگھ جی پرمار دیا تو ارداس میرے تو پہلا ساتھی سنتر جی نے انہوں نے بارے بہت وستار دسیا. ساتھی پرمار جی نال میں لگاتار تقریباً 25 سال تو ہی انہوں نے نال ساتھ رہی ہے اور انہوں کا جیون جڑا بڑا ہی سنگھرشمئی جیون سی. اور جس ویلے ہندو پنجاب دے اندر پینڈو کھیتر دے وچ بجلی کا پسار ہویا تاں اس ویلے لائن مین کی گئے سی اور اس تو بعد لگاتار ٹریڈ یونین دے وچ رہ کے انہوں نے کام کیتا, ملازمہ دے حقاں دے لئی کھوج کیتے اور بہت ساری پراپتیاں کیتیاں. اور نال ہی نال پگوڑا جڑا ہے ایک ساڈے ضلع کپور ضلع کا سینٹر سی جتھے بہت وڈی ٹریڈ یونین سی, اتنے وڈیاں فیکٹریاں سی اور مزدوروں کے نال بہت وزیفیاں ہوں سی. انہوں نے بجلی ملازم ہوں ہوئے جیسے اپنی جتنے بندی نے بہت مجبور کیا, اج انہوں نے ساتھی بہت وڈی گنتی میں بیٹھے ہیں. انہوں نے اپنی زندگی ساری سنگھرش کردیا ہوا مزدور جماعت کے حقوں کے لیے اپنی قربانی کی ہے اور نال ہی نال انہوں کے نال انہوں کی پریرنا دن واسطے کامریڈ مدن لال جی دلی ورگے مہان ٹریننگ کامریڈ ستپال جانگ ہونے اور اسی طرح ہی سب تو وڈی اچھی پدوی والے کامریڈ شکیل شلوبا جی ایس ویل کے جی ایجوکیشن چلتی سی ادو آئے انہوں کو پریرنا لے کے کامریڈ پرمار جی نے اپنا سارا جیون جڑا ہے ٹریڈ یونین کے لکھے رہا. اور نال ہی نال جتنے جتھے بند طور پہ اپنے ساتھی کیمپ کیتے انہوں نے ساتھی اچھر سنگھ جی شروع اسی طرح پیارا سنگھ جی جسوال اور 1972 کی ایجوکیشن کے اندر اسی سارے اکٹھے سی. انہوں کی ہمت سی اپنی جتھے بندی کو مضبوط کرنا اور مزدور کے حقوں کے لیے لڑنا اور اپنی جنگی پوسٹ کے اتنے ہوئے ہوا بھی وڈے افسر کے نال دلوں ہی گول کرنا اور
ਟੇਬਲ ਟਾਕ ਦੇ ਵਿੱਚ ਵੀ ਉਹਨਾਂ ਦੀ ਇੰਨੀ ਪ੍ਰੈਕਟਿਸ ਸੀ ਕਿ ਕੋਈ ਅਫਸਰ ਉਹਨਾਂ ਦੇ ਮੂਹਰੇ ਖੜਦਾ ਨਹੀਂ ਸੀ। ਲਗਾਤਾਰ ਅਸੀਂ ਕਪੂਰਥਲੇ ਜ਼ਿਲ੍ਹੇ ਦੇ ਅੰਦਰ ਜਿੱਥੇ ਉਹ ਟ੍ਰੇਡ ਯੂਨੀਅਨ ਲੀਡਰ ਸੀ, ਉਹ ਚੋਟੀ ਦਾ ਉਹ ਕਾਮਰੇਡ ਕਮਿਊਨਿਸਟ ਵੀ ਸੀ, ਮਾਰਕਸਿਸਟ ਵੀ ਸੀ, ਸਾਰਾ ਗਿਆਨ ਸੀ ਉਹਨਾਂ ਦੇ ਕੋਲ। ਇਹਦਾ ਸਿੱਖਿਆ ਹਿੰਦੁਸਤਾਨ ਦੀ ਵੱਡੀ ਜਥੇਬੰਦੀ ਇੰਪਲਾਈ ਫੈਡਰੇਸ਼ਨ ਜਿਹੜੀ ਆ ਬਿਜਲੀ ਵਾਲਿਆਂ ਦੀ, ਉਹਦੇ ਵੈਸ ਪ੍ਰਧਾਨ ਵੀ ਬਣੇ ਹੋਏ, ਔਰ ਸਾਰੀ ਜ਼ਿੰਦਗੀ ਉਹਨਾਂ ਨੇ ਮਜ਼ਦੂਰ ਜਮਾਤ ਦੇ ਲਈ ਆਪਣਾ ਸਾਰਾ ਜੀਵਨ ਲਾਇਆ, ਔਰ ਨਾਲ ਦੀ ਨਾਲ ਜਦੋਂ ਰਿਟਾਇਰ ਹੋ ਗਿਆ ਫਿਰ ਵੀ ਉਹ ਲਗਾਤਾਰ ਆਪਣੇ ਸਾਥੀਆਂ ਦੇ ਹੱਕਾਂ ਦੇ ਲਈ ਲੜਦੇ ਰਹੇ। ਸੋ ਅੱਜ ਜੋ ਉਹਨਾਂ ਦਾ ਚਲੇ ਜਾਣਾ, ਜਿੱਥੇ ਆਪਣੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ, ਉੱਥੇ ਉਹਨਾਂ ਦੇ ਸੱਜਣਾ ਮਿੱਤਰਾਂ ਨੂੰ ਘਾਟਾ ਪਿਆ, ਅਤੇ ਮਜ਼ਦੂਰ ਜਮਾਤ ਨੂੰ ਅੱਜ ਉਹ ਹਾਲਾਤ ਨੇ ਜੇ ਬੜੇ ਖਤਰਨਾਕ ਹੈ, ਔਰ ਉਸ ਉਹਨਾਂ ਦਾ ਜਾਣਾ ਜਿਹੜਾ ਹੈ ਬਹੁਤ ਹੀ ਘਾਟੇ ਹੁੰਦਾ ਹੈ। ਸੋ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹ ਹੈ ਕਿ ਸਾਰੇ ਸਾਥੀ ਦੇਖੇ ਹੈ, ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਮਜ਼ਬੂਤ ਜਮਾਤ ਨੂੰ ਮਜ਼ਬੂਤ ਕਰੀਏ, ਉਹਨਾਂ ਦੇ ਕਦਮਾਂ ਦੇ ਚੱਲਦੇ ਹੋਏ ਜਥੇਬੰਦੀ ਨੂੰ ਮਜ਼ਬੂਤ ਕਰੀਏ। ਮੈਂ ਅੰਤ ਵਿੱਚ ਫਿਰ ਸਾਰੇ ਉਸ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੁੰਦਾ ਹੈ, ਉਹਨਾਂ ਦੇ ਸਾਥੀਆਂ ਦੇ ਵਿੱਚ ਸ਼ਰੀਕ ਹੁੰਦਾ ਹੋਇਆ ਆਸ ਕਰਦਾ ਹੈ ਕਿ ਉਹਨਾਂ ਦੇ ਨਕਸ਼ੇ ਕਦਮ 'ਤੇ ਜਾਂਦੇ ਹੋਏ ਆਉਣ ਵਾਲੇ ਸਮੇਂ ਦੇ ਵਿੱਚ ਜਥੇਬੰਦੀ ਨੂੰ ਮਜ਼ਬੂਤ ਕਰੀਏ। ਇਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੈ। ਇਹਨਾਂ ਦੇ ਸ਼ਬਦਾਂ ਦੇ ਨਾਲ ਸਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪੈਨਸ਼ਨਰ ਐਸੋਸੀਏਸ਼ਨ ਵੱਲੋਂ ਵੀ ਬਹੁਤ ਵੱਖ ਵੱਖ ਸਰਕਲਾਂ ਦੇ ਆਗੂ ਪਹੁੰਚੇ ਹਨ। ਸਾਡੀ ਚਮਕੌਰ ਸਿੰਘ ਜੀ ਲੁਧਿਆਣੇ ਤੋਂ, ਕੇਵਲ ਸਿੰਘ ਜੀ ਪੰਚਾਇਤ ਲੁਧਿਆਣੇ ਤੋਂ, ਸਾਥੀ ਮਹਿੰਦਰ ਸਿੰਘ ਜੀ ਗਾਂਧੀ ਜਲੰਧਰ ਤੋਂ, ਅਤੇ ਹੋਰ ਵੀ ਬਹੁਤ ਸਰਕਲਾਂ ਦੇ ਉੱਤੋਂ ਪੈਨਸ਼ਨਰ ਐਸੋਸੀਏਸ਼ਨ ਦੇ ਸਾਥੀ ਆਏ ਵੀ ਆ। ਪੈਨਸ਼ਨਰ ਐਸੋਸੀਏਸ਼ਨ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਦੀ ਆ, ਅਤੇ ਕਾਮਰ ਪਰਮਾਰ ਜੀ ਨੂੰ ਸ਼ਰਧਾ ਦੇ ਭਰਪੇਟ ਕਰਦੀ ਆ। ਮੈਂ ਬੇਨਤੀ ਕਰਦਾ ਕਿ ਕਾਮਰ ਤਾਰਾ ਸਿੰਘ ਜੀ ਖਹਿਰਾ, ਜਿਹਨਾਂ ਨੇ ਬਹੁਤ ਲੰਬਾ ਸਮਾਂ ਪਰਮਾਰ ਸਾਹਿਬ ਨਾਲ ਕੰਮ ਕੀਤਾ, ਉਹ ਉਹਨਾਂ ਨੂੰ ਬੇਨਤੀ ਕਰਦਾ ਕਿ ਹੁਣ ਦੋ ਮਿੰਟ ਦੇ ਲਈ ਜਿਹੜੀ ਗੱਲ ਆ ਸ਼ਰਧਾ ਦੇ ਫੁੱਲਾਂ ਆਪਣੀਆਂ ਯਾਦਾਂ ਪਰਮਾਰ ਸਾਹਿਬ ਦੇ ਨਾਲ ਨੇ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਹਨ। ਤਾਰਾ ਸਿੰਘ ਜੀ ਖਹਿਰਾ, ਸਮਾਜ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਜਿਹੜੇ ਨੇ ਉਹ ਵਿਚਰਦੇ ਰਹਿੰਦੇ ਆ। ਬਹੁਤ ਹੀ ਵੱਡੀ ਗਿਣਤੀ 'ਚ ਉਹ ਲੋਕ ਨੇ ਜਿਹੜੇ ਸਿਰਫ ਆਪਣੇ ਵਾਸਤੇ ਅਤੇ ਆਪਣੇ ਪਰਿਵਾਰ ਵਾਸਤੇ ਜਿਉਂਦੇ ਆ ਔਰ ਵਿਚਰਦੇ ਰਹਿੰਦੇ ਆ। ਬਹੁਤ ਘੱਟ ਲੋਕ ਨੇ ਜਿਹੜੇ ਆਪਣੇ ਪਰਿਵਾਰ ਨੂੰ ਤੇ ਸ਼ਹਿਰ 'ਚ ਤੇ ਸਮਾਂ ਨਾ ਦੇ ਸਕਣ, ਪਰ ਲੋਕਾਂ ਦੀ ਭਲਾਈ ਵਾਸਤੇ ਤਤਪਰ ਰਹਿੰਦੇ ਆ। ਔਰ ਇਸ ਤੋਂ ਵੀ ਅੱਗੇ ਸਮਾਜ ਦੇ ਵਿੱਚ ਵੰਡ ਦੋ ਤਰ੍ਹਾਂ ਦੀ ਹੈ। ਬਹੁਤ ਹੀ ਵੱਡੀ ਗਿਣਤੀ 'ਚ ਉਹ ਲੋਕ ਨੇ ਜਿਹੜੇ ਦੱਬੇ ਕੁਚਲੇ ਨੇ, ਜਿਹੜੇ ਮਿਹਨਤ ਕਸ਼ ਨੇ, ਇਸੇ ਸਮਾਜ ਦੇ ਵਿੱਚ ਲੋਕ ਹੈਗੇ ਨੇ ਜਿਹੜੇ ਲੋਕਾਂ ਦੀ ਮਿਹਨਤ ਦੇ ਵਿਹਲੇ ਵਿੱਚੇ ਪੜਦੇ ਰਹਿੰਦੇ ਨੇ। ਸੋ ਸਾਡੇ ਬਹੁਤ ਹੀ ਸਤਿਕਾਰਯੋਗ ਆਗੂ ਸਾਥੀ ਐਚ ਐਸ ਜੀ ਪਰਮਾਰ, ਉਹਨਾਂ ਵਿੱਚੋਂ ਸੀ ਜਿਹੜੇ ਆਪਣੇ ਪਰਿਵਾਰ ਵਾਸਤੇ ਵੀ ਸ਼ਾਇਦ ਕਿਤੇ ਸਮਾਂ ਘੱਟ ਦਿੱਤਾ, ਲੋਕਾਂ ਵਾਸਤੇ, ਲੋਕਾਂ ਦੇ ਭਲੇ ਵਾਸਤੇ ਆਪਣੀ ਸਾਰੀ ਉਮਰ ਲਾ ਦਿੱਤੀ। ਔਰ ਰਾਹ ਉਹ ਚੁਣਿਆ ਜਿਹੜਾ ਮਿਹਨਤ ਕਰਨ ਵਾਲੇ ਲੋਕਾਂ ਦਾ ਰਾਹ ਹੈ, ਔਰ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਲੋਕਾਂ ਦੇ ਭਲੇ ਵਾਸਤੇ ਕੰਮ ਕਰਦੇ ਆ। ਬਹੁਤ ਸਾਰੀਆਂ ਕੁਰਬਾਨੀਆਂ ਵੀ ਕੀਤੀਆਂ, ਬਹੁਤ ਵਾਰਾਂ ਜੇਲ੍ਹ 'ਚ ਵੀ ਗਏ ਆ, ਤਸੀਹੇ ਕੇਂਦਰ ਜਿਹੜੇ ਨੇ ਇੰਟੈਰੋਗੇਸ਼ਨ ਸੈਂਟਰ ਜਿਹਨੂੰ ਕਹਿੰਦੇ ਅਸੀਂ, ਅੰਮ੍ਰਿਤਸਰ ਦੇ ਇੰਟੈਰੋਗੇਸ਼ਨ ਸੈਂਟਰਾਂ ਦੇ ਵਿੱਚ ਵੀ ਉਹਨਾਂ ਨੂੰ ਤਸੀਹੇ ਦਿੱਤੇ ਗਏ। ਔਰ ਪਰਮਾਰ ਸਾਹਿਬ ਦੀ ਜ਼ਿੰਦਗੀ ਦਾ ਸਫ਼ਰ ਜਿਹੜਾ ਬਿਜਲੀ ਬੋਰਡ ਦੇ ਵਿੱਚ ਆਇਆ, ਜਦੋਂ ਬਿਜਲੀ ਬੋਰਡ ਬਣਿਆ ਹੋਂਦ 'ਚ ਆਇਆ 1969 ਦੇ ਵਿੱਚ, ਜਿਹੜਾ ਸਾਂਝਾ ਪੰਜਾਬ ਸੀ ਜਦੋਂ ਵੰਡ ਨਹੀਂ ਸੀ ਹੋਈ, ਕੁੱਲੂ ਦੇ ਵਿੱਚ ਪਹਿਲੋਂ ਜਾ ਕੇ ਸਰਵਿਸ ਕੀਤੀ, ਔਰ ਉਦੋਂ ਤੋਂ ਹੀ ਉਹਨਾਂ ਦਾ ਧਿਆਨ ਜਿਹੜਾ
ਸਰਵਿਸ ਦੇ ਨਾਲ ਨਾਲ ਲੋਕਾਂ ਦੇ ਭਲੇ ਵਾਸਤੇ ਲੋਕਾਂ ਦੇ ਮਸਲੇ ਹੱਲ ਕਰਨ ਵਾਸਤੇ ਹੋਇਆ। ਉਸ ਤੋਂ ਬਾਅਦ ਉੱਥੇ ਪੱਟੀ ਅਣਤਾਨ ਦੇ ਲਾਗੇ ਜਿਹੜਾ ਉੱਥੇ ਬਣ ਰਹੇ ਅਜਨਾਲਾ ਸਾਈਡ ਤੇ ਮਜੀਠੇ ਸਾਈਡ ਤੇ ਰਹੇ ਔਰ ਸਾਰੀ ਉਮਰ ਉਹਨਾਂ ਨੇ ਮਿਹਨਤ ਕਰਕੇ ਲੋਕਾਂ ਦੇ ਲੇਖੇ ਲਾਈ। ਗੱਲ ਸਿਰਫ ਇੱਥੇ ਨਹੀਂ, ਜੇ ਲੋਕਾਂ ਦੀ ਜੀਵਨੀ ਪ੍ਰਤੀ ਕੰਮ ਕੀਤਾ ਤੇ ਉਹ ਵੀ ਇਮਾਨਦਾਰੀ ਦੇ ਨਾਲ, ਸਾਰੀ ਉਮਰ ਇੱਕ ਪੈਸੇ ਦੇ ਦਾਗੇ ਨੀ, ਇੱਕ ਰੁਪਈਏ ਦੇ ਦਾਗੇ ਨੀ। ਇਹੋ ਜਿਹੇ ਇਨਸਾਨ ਜੇ ਅੱਜ ਦੇ ਸਮਾਜ 'ਚ ਲੱਭਣ ਲੱਗੀਏ ਤਾਂ ਬਹੁਤ ਵੱਡੇ ਕੰਮ ਕਰਦੇ ਆ। ਔਰ ਬਿਜਲੀ ਬੋਰਡ ਦੇ ਵਿੱਚ ਜਿਹੜੀ ਯੂਨੀਅਨ ਬਣੀ ਹੈ, ਜਦੋਂ ਹੋਂਦ 'ਚ ਆਇਆ ਬਿਜਲੀ ਬੋਰਡ, ਉਸ ਤੋਂ ਜਿਹੜੀ ਯੂਨੀਅਨ ਬਣੀ ਆ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਵਾਸਤੇ, ਉਹਦੇ ਉਹ ਬਾਨੀ ਪ੍ਰਧਾਨ ਸਨ, ਬਾਨੀ ਆਗੂ ਸਨ। ਅੱਜ ਬਹੁਤ ਸਾਰੇ ਲੀਡਰ ਬੈਠੇ ਜਿਹੜੇ ਸੂਬੇ ਪੱਧਰ ਦੇ ਲੀਡਰ ਨੇ, ਜਿਹਨਾਂ ਨੇ ਉਹਨਾਂ ਨੇ ਕੰਮ ਕੀਤਾ ਔਰ ਉਹਨਾਂ ਤੋਂ ਪ੍ਰੇਰਨਾ ਲੈ ਕੇ ਉਹਨਾਂ ਦੀ ਜ਼ਿੰਦਗੀ ਤੋਂ ਸਿੱਖ ਕੇ, ਉਹਨਾਂ 'ਚ ਮੈਂ ਵੀ ਇੱਕ ਹੈ ਜਿਹੜਾ ਉਹਨਾਂ ਦੇ ਜ਼ਿੰਦਗੀ ਤੋਂ ਸਿੱਖਿਆ ਲੈ ਕੇ ਜਥੇਬੰਦੀ 'ਚ ਕੰਮ ਕੀਤਾ ਜਾਂ ਲੋਕਾਂ 'ਚ ਵਿਚਰੇ। ਇਹ ਸਮਾਜ ਨੂੰ ਬਹੁਤ ਵੱਡੀ ਦੇਣ ਹੁੰਦੀ ਇਨਸਾਨ ਦੀ, ਔਰ ਯਾਦ ਵੀ ਉਹਨਾਂ ਨੂੰ ਕੀਤਾ ਜਾਂਦਾ ਜਿਹੜੇ ਲੋਕਾਂ ਦੀ ਖਾਤਰ ਜਿਉਂਦੇ ਆ, ਜਿਹੜੇ ਸਿਰਫ ਆਪਣੇ ਖਾਤਰ ਤੇ ਆਪਣੇ ਪਰਿਵਾਰ ਖਾਤਰ ਜੀਂਦੇ ਆ, ਉਹਨਾਂ ਨੂੰ ਘਰ ਦੇ ਵੀ ਸ਼ਾਇਦ ਥੋੜ੍ਹਾ ਹੀ ਸਮਾਂ ਯਾਦ ਰੱਖ ਕੇ ਭੁਲਾ ਦਿੰਦੇ ਆ, ਲੋਕ ਤਾਂ ਯਾਦ ਕਰਦੇ ਨੇ। ਅੱਜ ਪਰਿਵਾਰ ਸਾਹਿਬ ਸਾਰੇ ਪੰਜਾਬ ਦੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੇ ਦਿਲ 'ਚ ਵੱਸਦੇ ਆ। ਇਹ ਸੀ ਉਹਨਾਂ ਦਾ ਕਿਰਦਾਰ ਜ਼ਿੰਦਗੀ ਦਾ। ਸੋ ਇੰਨੇ ਪ੍ਰੇਰਨਾ ਸਰੋਤ ਸਾਡੇ ਸਾਥੀ, ਸਾਨੂੰ ਦੁੱਖ ਹੈ ਉਹਨਾਂ ਦਾ ਅਖੀਰ ਦਾ ਸਮਾਂ ਔਖਾ ਲੱਗਿਆ, ਪਰ ਅਸੀਂ ਉਸ ਬੇਟੀ ਦੇ ਸ਼ਾਇਦ ਪਰਿਵਾਰ ਤਾਂ ਹੈ ਹੀ ਹੈ ਉਹਨਾਂ ਦੇ ਧੰਨਵਾਦੀ, ਅਸੀਂ ਜਿਹੜੇ ਬਿਜਲੀ ਬੋਰਡ ਦੇ ਇੱਥੇ ਲੀਡਰ ਬੈਠੇ ਹਾਂ, ਅਸੀਂ ਉਸ ਬੱਚੀ ਦੇ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਬਹੁਤ ਔਖੀ ਹਾਲਤ ਦੇ ਵਿੱਚ ਪਰਮਾਰ ਸਾਹਿਬ ਦੀ ਸੇਵਾ ਕੀਤੀ। ਹਰ ਇੱਕ ਇਨਸਾਨ ਇਸ ਤਰ੍ਹਾਂ ਨਹੀਂ ਕਰਦਾ ਕਰਦਾ। ਬੇਟੇ ਉਹਨਾਂ ਦੇ ਬਾਹਰ ਸੀ, ਉਹ ਬਾਹਰ ਉਹ ਰਹਿ ਨਹੀਂ ਸਕਦੇ, ਪਰ ਇੱਥੇ ਜਿਸ ਤਰ੍ਹਾਂ ਦੀ ਉਹਨਾਂ ਦੀ ਹਾਲਤ ਵਿੱਚ ਉਸ ਬੱਚੀ ਨੇ ਆਪਣੇ ਬਾਪ ਨੂੰ ਸਾਂਭਿਆ, ਮੈਂ ਸਮਝਦਾ ਉਹ ਵੀ ਇੱਕ ਬਹੁਤ ਵੱਡੀ ਗੱਲ ਹੈ। ਔਰ ਇਹਨਾਂ ਦਾ ਪਰਿਵਾਰ ਜਦੋਂ ਅਸੀਂ ਬਾਪ ਘਰ ਜਾਂਦੇ ਰਹੇ, ਘਰਾਂ ਦੇ ਵਿੱਚ ਆਉਣ ਜਾਣ ਸੀ, ਪਰਿਵਾਰ ਸਾਹਿਬ ਵੀ ਜੀਵਨ ਸਾਥਣ ਹੈ, ਭੈਣ ਜੀ ਉਹਨਾਂ ਨੇ ਵੀ ਇੰਨਾ ਸਹਿਯੋਗ ਦਿੱਤਾ ਔਰ ਇੰਨਾ ਮਿੱਠਾ ਸੁਭਾਅ ਸੀ ਉਹਨਾਂ ਦਾ। ਪਰਮਾਰ ਸਾਹਿਬ ਨੂੰ ਆਪਣੇ ਮੈਂ ਲਗਭਗ 50 ਸਾਲ ਤੋਂ ਜਾਣਦਾ, 1968 ਤੋਂ ਸਾਡਾ ਵਾਪ ਆ ਇਹਨਾਂ ਨਾਲ। ਮੈਂ ਜ਼ਿੰਦਗੀ 'ਚ ਉਹਨਾਂ ਨੂੰ ਕਦੀ ਕਿਸੇ ਨਾਲ ਗੁੱਸੇ 'ਚ ਬੋਲਦਿਆਂ ਨਹੀਂ ਵੇਖਿਆ। ਉੱਥੇ ਜਿਹੜੇ ਭੈਣ ਜੀ ਹੋਣੀ ਸੀ ਉਹਨਾਂ ਤੋਂ ਵੀ ਗਾਹ ਅੱਗੇ, ਇੰਨੀ ਮਿਠਾਸ ਉਹਨਾਂ ਦੀ ਬੋਲੀ ਸੀ ਔਰ ਪਰਮਾਰ ਸਾਹਿਬ ਦੀ ਇੰਨੀ ਨਿਬਰਤਾ, ਭਾਵੇਂ ਉੱਚੇ ਅਹੁਦੇ ਦੇ ਸੀ, ਬੜੀ ਸਾਦਗੀ ਜ਼ਿੰਦਗੀ, ਖਾਣਾ ਪੀਣਾ ਵੀ ਬੜਾ ਸਾਦਾ। ਔਰ ਜਲੰਧਰ ਵਰਗਾ ਸ਼ਹਿਰ ਜਿੱਥੇ ਇੰਨੀ ਇੰਡਸਟਰੀ ਹੈ, ਤਰਲੇ ਮਗਰ ਮਗਰ ਪਏ ਨਹੀਂ ਫਿਰਦੇ ਨੇ ਲੋਕ, ਉੱਥੇ ਦਿਲ ਬੜਾ ਵੱਡਾ ਚਾਹੀਦਾ ਨਾ ਕਰਨ ਵਾਸਤੇ। ਇਹ ਪਰਮਾਰ ਸਾਹਿਬ ਦਾ ਦਿਲ ਸੀ ਕਿ ਉਹਨਾਂ ਸਾਰੀ ਜ਼ਿੰਦਗੀ ਇੱਕ ਰੁਪਈਆ ਨਹੀਂ ਲਿਆ। ਬਹੁਤ ਕੁਝ ਕਿਹਾ ਜਾ ਸਕਦਾ ਉਸ ਇਨਸਾਨ ਦੀ ਜ਼ਿੰਦਗੀ ਬਾਰੇ, ਸਾਡੇ ਲੀਡਰ ਬੈਠੇ ਨੇ ਬਹੁਤ, ਅਸੀਂ ਸਲਾਹ ਕਰਕੇ ਇਹ ਫੈਸਲਾ ਕੀਤਾ ਕਿ ਹਰ ਰੁਝੇਵੇਂ ਭਰੀ ਜ਼ਿੰਦਗੀ 'ਚੋਂ ਆਇਆ ਅੱਜ ਉਹਨਾਂ ਦਾ ਦੁੱਖ ਬਣਾਉਣ ਤੇ ਜ਼ਿਆਦਾ ਸਮਾਂ ਨਹੀਂ ਲਾਉਣਾ। ਹਰ ਇੱਕ ਬੋਲਣਾ ਚਾਹੁੰਦਾ ਉਹਨਾਂ ਦੀ ਜ਼ਿੰਦਗੀ ਬਾਰੇ, ਬਹੁਤ ਕੁਝ ਹੋਰ ਬੋਲਿਆ ਜਾ ਸਕਦਾ ਪਰ ਮੈਂ ਸਮਝਦਾ ਸਮਾਂ ਜਾਇਜ਼ ਤੇ ਨਹੀਂ ਦਿੰਦਾ। ਆਓ ਅਸੀਂ ਉਹਨਾਂ ਦੀ ਅੱਜ ਦੀ ਜਿਹੜੀ ਸ਼ਰਧਾਂਜਲੀ ਦਿੰਦੇ ਹਾਂ, ਉਹਨਾਂ ਦੀ ਜ਼ਿੰਦਗੀ ਤੋਂ ਪ੍ਰੇਰਨਾ ਲਈਏ ਔਰ ਆਪਣਾ ਹਿੱਸਾ, ਆਪਣਾ ਯੋਗਦਾਨ ਜ਼ਿੰਦਗੀ ਦਾ ਸਿਰਫ ਆਪਣੇ ਘਰਾਂ ਤੱਕ ਸੀਮਤ ਨਾ ਰੱਖੀਏ, ਉਸ ਲੜਾਈ ਵਾਸਤੇ, ਆਮ ਲੋਕਾਂ ਵਾਸਤੇ ਸਮਾਂ ਕੱਢ ਕੇ ਉਹਨਾਂ ਦੇ ਦੁੱਖਾਂ 'ਚ ਸ਼ਰੀਕ ਹੋਈਏ। ਜਿਹੜਾ ਰਾਹ ਪਰਮਾਰ ਸਾਹਿਬ ਨੇ ਚੁਣਿਆ ਸੀ, ਮਿਹਨਤ ਕਸ਼ ਲੋਕਾਂ ਦੇ ਵਿੱਚ ਵਿਚਰਨਾ, ਉਹਨਾਂ ਦੀ ਮਦਦ ਕਰਨੀ,
और लोटू समाज के खिलाफ करना है। और सारी उम्र के पहला दिता उन्होंने, मैं समझदा अज एक श्रद्धांजलि देनी है उन्होंने। जिंदगी तो प्रेरणा लेके अपनी जिंदगी बेटे बड़े छोटे होंगे जो इन्होंने इसे तरह का मिठा लेगा सुभा। आस करा के परिवार उस तरह ही उन्होंने जिंदगी तो प्रेरणा लेते हुए और समाज के बच्च अगे वधणगे और लोगों के नाल अंग संग रहेंगे लोगों के काम आएंगे। अभी धनवादी हाँ बेटे के जिन्होंने जथेबंदी और बिजली ज्यादा रसाले के बानी से हो बिजली ज्यादा रसाला उन्होंने भी मत दिती है, जथेबंदी मत दिती है, नवा जमाना अखबार में मत दिती है। सो इस परिवार अभी समझते हैं कि उन्होंने सोच को याद रखे है। असं धनवादी हाँ सारे जथेबंदियों और आस करा कि उन्होंने परिवार उन्होंने पद चिन्ह से चलता होया आने वाले समय से इस तरह समाज के बीच होगा। धन्यवाद जी। साथी नरेंद्र कुमार बाल जे इस वे पी एस सी बी प्राइवेटेशन एट के बैंक सकत्र वह पहुंचे आ। मैं बेनती करता साथी गुरप्रीत जी गड्डी बड़े धन धन लवाए इस वे फेडरेशन एट का जिन्हों का थम रहे कमला चंद परमार जी अज वो डिप्टी जनरल सैकटरी के तौर के सेवा निभा रहे उन्होंने बेनती है कि जथेबंदी पी एस सी बी इंपलाइज फेडरेशन एट का उन्होंने अपनी जी हाजिर हो गए परमार साहब शब्द साढ़े बहुत ही सत्कारयोग कांगड़ा एक्टर परमार जी की याद में जुड़ बैठे मेरे भैनों के भाओ सब तो पहला फतेह बना वाहगुरु जी का खालसा वाहगुरु जी की फतेह। परमार जी बहुत वड्डे कद के आगू सन उन्हां बारे कुछ कहना साढ़े वर्गे बिल्कुल छोटे आगुआं लई काफ़ी मुश्किल है। मैं उन्होंने 1986 के मिलया जलंधर उन्होंने बहुत नेड़ों तक गया मेरी इतने 2 साल की ट्रेनिंग सी। मैं जिमें उन्हों का जीवन वेख्या जिमें बड़े अहदे ते रह के बिजली महकमे च मैं हेठले दर्जे तो बड़े अहदे ते पहुँच के जिमें उन्होंने इमानदारी का पल्ला फड़ के रख्या ये हरेक के हिस्से नहीं आता। जिमें असिस्टेंट आई जो मैं उन्होंने कटिया जिमें उन्होंने घरों लिया लिया फुलका उत्थे एक टेबल पर बैठ के खादा वो मैं सारा कुछ उन्होंने 2 साल के लिया। मैं जो नौकरी मिली आ उन्होंने जतन किया कि नौकरी जी तरन तारण के इलाके च मैं जी उन्होंने लख जतन करने के बावजूद मैं कपूरथले मिली। मैं खैरा जी मैं शामी गल कर रहा उन्होंने मैं दसिया भी वो उस तो भी पहला भी जीवन के पट्टी के जोड़ा इलाका से जोड़े बिखड़े पैंडे से उन्होंने बिजली कामियां नूं लामबंद करने लई बड़ा लम्मा सफर जोड़ा साइकिल से तय किया। अपनी जिंदगी दे विच उन्होंने मन कहना तो भूगल मजदूर जमात लई लड़े इस लोकल फुलवाड़े दे विच भी एक जिहड़ा अधिकारी सी जिहड़ा उठे दिमाग का मैं कह लां ते उहदे खिलाफ लड़दिआं अपने सैन के साथियों समेत जेल भी गए उदो पहला भी जिन्हें खहरा जी दसते गए। मैं समझा भी साढ़े लिए वो प्रेरणा स्रोत असी मैं पति सुरेंद्र पाल माली तो साथी नरेंद्र पाल ने अमृतसर तो ये उन्होंने बूटे लाए असी उन्होंने जीवन तो प्रेरणा लैके इस लाइन पर जरा आ गए। अज उन्हों की जी
ਜਾਇਦਾਦ ਹੈ ਸਾਡਾ ਵੀ ਅਸੀਂ ਵੀ ਅਪਲਾਈ ਅਪਰੀਸ਼ੀਏਟ ਉਹਦੇ ਲਈ ਆਪਣਾ ਯੋਗਦਾਨ ਪਾ ਰਹੇ ਬਿਜਲੀ ਕਾਮਿਆਂ ਦੇ ਜਿਹੜੇ ਹੈਗੇ ਆ ਉਹ ਵੀ ਪਹਿਰੇਦਾਰੀ ਕਰ ਰਹੇ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ। ਇਸ ਤੋਂ ਵੀ ਅੱਗੇ ਮੈਂ ਸਮਝਾ ਪਰਮਾਰ ਸਾਹਿਬ ਦੇ ਪਿਤਾ ਜੀ ਸਰਦਾਰ ਸਰਦਾਰਾ ਸਿੰਘ ਔਰ ਉਹਨਾਂ ਦੀ ਮਾਤਾ ਬੀਬੀ ਬਲਵੰਤ ਕੌਰ ਭਾਵੇਂ ਉਹ ਸਮਾਜ 'ਚ ਨਾਂ ਨਹੀਂ ਹੈਗੀ ਲੇਕਿਨ ਉਹਨਾਂ ਅੱਗੇ ਵੀ ਸਾਡਾ ਸਿਰ ਝੁਕਦਾ ਕਿ ਉਹਨਾਂ ਨੇ ਇੱਕ ਐਸਾ ਸਾਊ ਪੋਤਾ ਪੋਤਾ ਮਿਹਨਤ ਲੋਕਾਂ ਨੂੰ ਦਿੱਤਾ ਜਿਹਦਾ ਸ਼ਹਿਰ ਲੰਮਾ ਅਸਾ ਲੋਕ ਨਾਂ ਆਪਣੇ ਕੀਮਿਆਂ 'ਚ ਰੱਖਣ ਦੇ ਰੱਖਣ ਮੈਂ ਉਹਨਾਂ ਦਾ ਜਿਹੜਾ ਬਾਕੀ ਪਰਿਵਾਰ ਹੈ ਉਹਨਾਂ ਦੀ ਬੇਟੀ ਦਾ ਜ਼ਿਕਰ ਹੋਇਆ ਉਹਨਾਂ ਦੇ ਬੇਟੇ ਦਾ ਜਾਂ ਬਾਕੀ ਪਰਿਵਾਰ ਜਿਹੜਾ ਵਾ ਜਿਹੜਾ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਇਸ ਦੁੱਖ ਦੇ ਮੌਕੇ 'ਤੇ ਪੀ ਐੱਸ ਸੀ ਵੀ ਅੰਪਲਾਈ ਪ੍ਰੈਸੀਡੈਂਟ ਜਾਂ ਪੀ ਵੀ ਅਜਾਲਾ ਜਿਹੜਾ ਮਾਸਕ ਜਿਹੜਾ ਸ਼ੁਰੂ ਹੀ ਸ਼ਾਇਦ ਉਹਨਾਂ ਕੀਤਾ ਬੜਾ ਲੰਮਾ ਸਮਾਂ ਉਹਨਾਂ ਜਲੰਧਰ ਤੋਂ ਚਲਾਇਆ ਨਵਾਂ ਜ਼ਮਾਨਾ ਅਖਬਾਰ ਜਿਹੜੀ ਮਜ਼ਦੂਰ ਜਮਾਤ ਦੀ ਤਾਂ ਵੀ ਪਹਿਰੇਦਾਰੀ ਕਰਦੀ ਆ ਉਹਦੇ ਲਈ ਜਿੱਥੇ ਗੁਰਦੁਆਰਾ ਸਾਹਿਬਾਨ ਨੂੰ ਸਹਾਇਤਾ ਭੇਜੀ ਪਰਿਵਾਰ ਨੇ ਉੱਥੇ ਉਹਨਾਂ ਅਦਾਰਿਆਂ ਨੂੰ ਵੀ ਸਹਾਇਤਾ ਭੇਜੀ ਆ ਜਿਹੜੇ ਦੱਬੇ ਕੁਚਲੇ ਲੋਕਾਂ ਦੀ ਨੁਮਾਇੰਦਗੀ ਕਰਦੇ ਆ ਜਿਹੜੇ ਭਾਈ ਲਾਲੋਆਂ ਦੀ ਆਵਾਜ਼ ਬਣ ਕੇ ਪੰਜਾਬ ਦੇ ਵਿੱਚ ਉੱਚੀ ਹੇਕ ਲਾਉਂਦੇ ਆ ਕਿ ਮੈਂ ਉਸ ਪਰਿਵਾਰ ਦਾ ਉਹਨਾਂ ਦੇ ਬੇਟੇ ਦਾ ਬਾਕੀ ਸਾਰੇ ਪਰਿਵਾਰ ਦਾ ਵੀ ਜਥੇਬੰਦੀ ਵੱਲੋਂ ਪੀ ਐੱਸ ਸੀ ਵੀ ਅੰਪਲਾਈ ਪ੍ਰੈਸ਼ਨ ਗੇਟ ਗੇਟ ਜਿਹਦੇ ਉਹ ਖੈਰ ਸਾਹਿਬ ਦੱਸ ਕੇ ਗਏ ਅਤੇ ਬਾਨੀ ਆਗੂ ਸੀ ਅਤੇ ਉਹਦੇ ਵੱਲੋਂ ਧੰਨਵਾਦ ਕਰਦੇ ਹਾਂ ਆਪਣੀ ਗੱਲ ਸਮਾਪਤ ਕਰਦੇ ਹਾਂ ਇੱਕ ਵਾਰ ਫਿਰ ਪਰਮਾਰ ਸਾਹਿਬ ਦੇ ਪਰਿਵਾਰ ਦਾ ਉਹਨਾਂ ਦੇ ਸਵੇ ਸੰਬੰਧੀਆਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਉਸ ਸ਼ਖਸੀਅਤ ਨੂੰ ਲੋਕਾਂ ਲਈ ਲੋਕਾਂ ਦੇ ਸੰਗ ਖੜਨ ਦੇ ਪੂਰੇ ਮੌਕੇ ਦਿੱਤੇ ਅਤੇ ਅੱਜ ਬਹੁਤ ਸਾਰੇ ਜਿਹੜੇ ਸਾਥੀ ਸਾਡੇ ਆ ਰਹੇ ਸੀ ਬਹੁਤ ਸਾਰੇ ਸਾਡੇ ਸਾਥੀ ਜਿਹੜੇ ਸਾਡੇ ਕੋਲ ਬਹੁਤ ਵੱਡੇ ਕੱਦ ਦੇ ਵਿੱਚ ਉਹ ਭਾਵੇਂ ਗਿੱਲ ਜੀ ਹੋਣ ਭਾਵੇਂ ਬਲਮੈਤ ਜੀ ਹੋਣ ਹੋਰ ਅਣਗਿਣਤ ਆਗੂ ਨੇ ਜਿਹੜੇ ਆ ਨਹੀਂ ਸਕੇ ਜਿਹੜੇ ਆਪਣੀ ਇੱਥੇ ਗੱਲ ਰੱਖਣੀ ਚਾਹੁੰਦੇ ਹੋਣਗੇ ਲੇਕਿਨ ਸਮੇਂ ਦੀ ਘਾਟ ਕਰਕੇ ਉਹ ਨਹੀਂ ਰੱਖ ਸਕੇ ਉਹਨਾਂ ਵੱਲੋਂ ਵੀ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦੇ ਹਾਂ ਮੈਂ ਇੱਕ ਵਾਰ ਫਿਰ ਉਸ ਪਰਿਵਾਰ ਨੂੰ ਸਲਾਮ ਕਰਦੇ ਹਾਂ ਪਰਿਵਾਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਔਰ ਇਹ ਵਿਸ਼ਵਾਸ ਦਿੰਦੇ ਹਾਂ ਕਿ ਜਿਹੜੇ ਪਰਮਾਰ ਜੀ ਨੇ ਪੈਰਾਂ ਪਾਈਆਂ ਜਿਹੜੇ ਉਹਨਾਂ ਨੇ ਸਾਨੂੰ ਰਾਹ ਦਰਸਾਇਆ ਅਸੀਂ ਉਹਦੇ 'ਤੇ ਜ਼ਿੰਦਗੀ ਭਰ ਚੱਲਣ ਦੀ ਕੋਸ਼ਿਸ਼ ਕਰਾਂਗੇ ਬਹੁਤ ਬਹੁਤ ਧੰਨਵਾਦ ਉਸ ਤੋਂ ਬਾਅਦ ਗੁਰੂ ਕਾ ਲੰਗਰ ਤਿਆਰ ਆ ਸਮੁੱਚੀ ਸਾਧ ਸੰਗਤ ਨੂੰ ਬੇਨਤੀ ਆ ਕਿ ਦੇਖ ਲੈਣ ਤੋਂ ਬਾਅਦ ਹਰ ਆਏ ਹੋਏ ਸੰਗਤ ਦੇ ਵਿੱਚੋਂ ਜਿਹੜਾ ਗੁਰੂ ਕਾ ਲੰਗਰ ਆ ਉਹ ਛੱਕ ਕੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਾਤਾ ਕਬੂਲ ਕਰ Thank you.